ਅਸਲਾਮ ਵਾਲੇਕਮ ਦੋਸਤੋ, ਟਰੈਕਟਰ ਮਸ਼ੀਨਸ ਐਂਡ ਐਗਰੀਕਲਚਰ ਇਨਫੋ ਯੂਟਿਊਬ ਚੈਨਲ ਸ਼ਾਮਦੀਦ। ਅੱਜ ਅਸੀਂ ਆਪਣੇ ਦੋਸਤਾਂ ਨੂੰ ਮੈਸੀ 385 ਹੈ ਜੀ, ਉਹਦੀ ਪਰਫਾਰਮੈਂਸ ਚੈੱਕ ਕਰਾਉਂਦੇ ਹਾਂ ਡਿਸਕਾਂ 'ਤੇ। ਵੀਡੀਓ ਅੱਛੀ ਲੱਗੀ ਮੈਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ। ਮਜ਼ੇਦੀ ਇਸ ਵੀਡੀਓ ਦੇਖਣ ਵਾਸਤੇ ਸਾਡੇ ਯੂਟਿਊਬ ਚੈਨਲ ਟਰੈਕਟਰ ਐਂਡ ਮਸ਼ੀਨਸ ਨੂੰ ਸਬਸਕ੍ਰਾਈਬ ਕਰ ਦਿਓ ਔਰ ਬੈਲ ਆਈਕਨ ਪ੍ਰੈਸ ਕਰ ਦਿਓ। ਜ਼ਮੀਨ ਕਾਫੀ ਗਿੱਲੀ ਹੈ, ਡਿਸਕਾਂ ਵੀ ਅੱਛੀ ਤਰ੍ਹਾਂ ਖੋਲੀਆਂ ਹੋਈਆਂ ਵਾ ਅਤੇ ਮਕਈ ਦਾ ਵੱਢ ਹੈ ਜੀ। ਜੀ ਦੋਸਤੋ, ਮੈਸੀ 385 ਹੈ ਜੀ। ਅਠਾਰਾਂ ਤਵੇ ਦੀ ਡਿਸਕ ਆ ਉਹਦੇ ਪਿੱਛੇ ਅਤੇ ਮਕਈ ਦਾ ਖੇ ਵੱਧ ਆ ਜੀ। ਪਹਿਲਾਂ ਹਾਈ ਗੇਅਰ ਆ, ਮਾਸ਼ਾਅੱਲਾ ਟਰੈਕਟਰ ਦਾ ਕੋਈ ਧੂੰਆਂ ਨਹੀਂ, ਬਹੁਤ ਅੱਛੀ ਕਾਰਗਰਦਗੀ ਚੱਲ ਦੇ ਰਿਹਾ। ਮੇਰੇ ਖਿਆਲ 10 ਜਾਂ 11 ਮਾਡਲ ਟਰੈਕਟਰ ਆ ਇਹ, ਕਨਫਰਮ ਨਹੀਂ ਮੈਨੂੰ ਪਤਾ। ਚਲੋ ਸੂਰਜ ਪੈ ਰਿਹਾ ਤੇ ਇਹਦਾ ਕਰਕੇ ਵੀਡੀਓ ਸਹੀ ਨਾ ਨਜ਼ਰ ਨਹੀਂ ਆ ਰਿਹਾ। ਚਲੋ ਤੁਹਾਨੂੰ ਡਿਸਕਾਂ ਵੀ ਲੱਗਦੀਆਂ ਚੈੱਕ ਕਰਵਾਉਂਦਾ ਵਾ। ਹਾਂਜੀ, ਹੁਣ ਦੇਖੋ ਤੁਸੀਂ ਡਿਸਕਾਂ ਦਾ ਅਲੱਗ ਚੈੱਕ ਕਰੋ। ਜਿਹੜੇ ਦੋਸਤ ਸਾਡੇ ਯੂਟਿਊਬ ਚੈਨਲ 'ਤੇ ਨਵੇਂ ਆ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਔਰ ਬੈਲ ਆਈਕਨ ਪ੍ਰੈਸ ਕਰ ਲੈਣ ਤਾਂ ਕਿ ਉਹਨਾਂ ਨੂੰ ਸਾਡੇ ਆਉਣ ਵਾਲੀ ਨਿਊ ਵੀਡੀਓ ਦੀ ਅਪਡੇਟ ਮਿਲ ਸਕੇ। ਰੁਕ ਗਏ ਆ ਜ਼ਮੀਨ ਹੈ ਨਾ, ਦੇਖੋ ਕਾਫੀ ਗਿੱਲੀ ਆ, ਬੱਤਰ ਬਹੁਤ ਜ਼ਿਆਦਾ ਵਾ ਅਤੇ ਤਵੇ ਦੇ ਵਿੱਚ ਮਿੱਟੀ ਫਸ ਗਈ, ਮਿੱਟੀ ਕੱਢਣ ਵਾਸਤੇ ਰੁਕੇ ਆ। ਲੱਗਦੀਆਂ ਤਾਂ ਹੁਣ ਵੀ ਕਾਫੀ ਪਈਆਂ। ਟਰੈਕਟਰ ਦੀ ਕੰਡੀਸ਼ਨ ਤੁਹਾਨੂੰ ਚੈੱਕ ਕਰਵਾ ਦੇ ਹਾਂ। 2010 ਮਾਡਲ ਆ, ਡੈਲਪੀ ਦਾ ਪੰਪ ਲੱਗਾ ਹੋਇਆ, ਟਾਇਰ ਚੈੱਕ ਕਰ ਸਕਦੇ ਹਾਂ ਤੁਸੀਂ। ਜ਼ਿਆਦਾ ਟਰੈਕਟਰ ਇਹ ਲੇਜ਼ਰ 'ਤੇ ਇਸਤੇਮਾਲ ਹੁੰਦਾ ਵਾ। ਮਿੱਟੀ ਕੱਢ ਲਈ ਆ, ਲੱਗਿਆ ਚਲਾਉਣ।
कर सकते हैं। तुम स्लिप कर रहे हैं ट्रैक्टर थोड़ी थोड़ी, वीडियो अच्छी लगी लाइक और शेयर जरूर करो। मजीद इसमें देखने वास्ते साडे यूट्यूब चैनल ट्रैक्टर एंड मशीन सब्सक्राइब कर दो और बेल आइकन प्रेस कर दो ताकि तुहानू साडे आने वाली न्यू वीडियो अपडेट मिल सके।